ਪੰਜਾਬ ਅੰਦਰ ਲੋਕ ਸਭਾ ਚੋਣਾਂ ਦਾ ਹਾਲੇ ਤੱਕ ਆਗਾਜ਼ ਨਹੀਂ ਹੋਇਆ, ਚੋਣ ਜਾਬਤਾ ਨਹੀਂ ਲੱਗਿਆ, ਪਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਭਾਜਪਾ ਹੈ, ਅਤੇ ਚਾਹੇ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀ ਪੰਜਾਬ ਵਿੱਚ ਲੋਕ ਸਭਾ ਦੀਆਂ ਉਮੀਦਵਾਰਾਂ ਦੇ 8 ਨਾਂ ਵੀ ਜਾਰੀ ਕਰ ਦਿੱਤੇ, 8 ਉਮੀਦਵਾਰ ਵੀ ਘੋਸ਼ਿਤ ਕਰ ਦਿੱਤੇ, ਅਤੇ ਫਿਰੋਜ਼ਪੁਰ ਜ਼ਿਲ੍ਹਾ ਦਾ ਹਾਲੇ ਨਾਮ ਨਹੀਂ ਘੋਸ਼ਿਤ ਹੋਇਆ। ਦੂਸਰੀ ਲਿਸਟ ਵਿੱਚ ਨਾਮ ਆਉਣ ਦੀ ਉਮੀਦ ਹੈ ਵੀ ਕਿਸ ਨੂੰ ਲੋਕ ਸਭਾ ਦਾ ਆਮ ਆਦਮੀ ਪਾਰਟੀ ਫਿਰੋਜ਼ਪੁਰ ਤੋਂ ਉਮੀਦਵਾਰ ਬਣਾਉਂਦੀ ਹੈ। ਪਰ ਆਮ ਆਦਮੀ ਪਾਰਟੀ ਨੇ ਆਪਣੇ ਕਮਰ ਕੱਸੇ ਕੱਸ ਰਹੇ ਹਨ। ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਪੰਚ ਰਾਜ ਅਹੂਜਾ, ਕੌਂਸਲਰ ਸ਼ਾਮ ਲਾਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਵਿਸ਼ੇਸ਼ ਓਬਜ਼ਰਵਰ ਫਾਜ਼ਿਲਕਾ ਪੁੱਜੇ, ਜਿਨ੍ਹਾਂ ਵੱਲੋਂ ਰਾਧਾ ਸੁਆਮੀ ਕਲੋਨੀ ਵਿੱਚ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੇ ਨੀਤੀਆਂ ਬਾਰੇ ਦੱਸਿਆ ਅਤੇ ਝਾੜੂ ਨੂੰ ਵੋਟ ਪਾਉਣ ਦਾ ਆਹਵਾਨ ਕੀਤਾ। ਹੋਰ ਬੋਲਦੇ ਕੀ ਕੁਝ ਕਿਹਾ, ਸਭ ਕੁਝ ਜਾਣਨ ਦੀ ਮੰਗ ਸ਼ੁਰੂ ਕੀਤੀ ਗਈ ਹੈ ਤੁਹਾਡੇ ਜੀ? ਆਮ ਆਦਮੀ ਪਾਰਟੀ ਵੱਲੋਂ ਮੌਕੇ 'ਤੇ ਡੋਰ ਟੂ ਡੋਰ ਲੋਕ ਸਭਾ ਨੂੰ ਲੈ ਕੇ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਕਿ ਜਿਸ ਤਰੀਕੇ ਨਾਲ ਸਰਕਾਰ ਤੁਹਾਡੇ ਦੁਆਰ ਉਹ ਸਕੀਮ ਚੱਲੀਆਂ ਸੀ, ਜੋ ਵੀ ਪੰਜਾਬ ਸਰਕਾਰ ਦੀ ਉਪਲਬਧੀ ਹੈ ਉਹ ਅਸੀਂ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ, ਅਤੇ ਕਾਫੀ ਜ਼ਿਆਦਾ ਲੋਕ ਆਮ ਆਦਮੀ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਦੇ ਨਾਲ ਸੈਟਿਸਫਾਈ ਹੈਗੀ। ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਮੁਹਿੰਮ ਨਾਲ ਜਿਹੜੇ ਲੋਕ 2 ਸਾਲ ਪਹਿਲਾਂ ਜੁੜੇ ਸੀ ਉਹ ਅੱਗੇ ਚੱਲ ਸਕਣਗੇ ਲੋਕ ਸਭਾ ਇਲੈਕਸ਼ਨ? ਬਿਲਕੁਲ ਜੀ, ਬਿਲਕੁਲ ਸਾਰੇ ਚੱਲਣਗੇ। ਕੀ ਕਾਰਨ ਮੰਨਦੇ ਹੋ? ਤਰਫੋਂ ਜੀ ਲਗਾਤਾਰ ਕੰਮ ਹੋ ਰਹੇ ਹੈ, ਲੋਕਾਂ ਦੇ ਕੰਮ ਹੋ ਰਹੇ ਹੈ, ਪਬਲਿਕ ਪੂਰੀ ਸੈਟਿਸਫਾਈ ਹੈਗੀ ਜੀ, ਤਾਂ ਕਰਕੇ। ਅਤੇ ਹਾਲੇ ਤੱਕ ਫਿਰੋਜ਼ਪੁਰ ਹਲਕੇ ਦਾ ਕੋਈ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਗਿਆ, ਤੁਹਾਡੇ ਵੱਲੋਂ ਫਿਰ ਵੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜੀ? ਉਹ ਵੀ ਹੋ ਜਾਣਾ, ਪਾਰਟੀ ਵੇਖ ਰਹੀ ਆਪਣੇ ਹਿਸਾਬ ਨਾਲ, ਪਰ ਜਿਹੜੀ ਸਾਡੀ ਡਿਊਟੀ ਲੱਗੀ ਹੈ ਸਾਰੇ ਵਰਕਰਾਂ ਦੀ, ਉਸ ਹਿਸਾਬ ਨਾਲ ਅਸੀਂ ਲੱਗੇ ਹੋਏ ਹਾਂ, ਅਤੇ ਸਾਡਾ ਪੂਰਾ ਫੋਕਸ ਹੈਗਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਥੋੜ੍ਹੀ ਦਿਨ 4 ਸੀਟ ਵੀ ਪਾਈ ਹੈ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਦੇਵਕੀ ਨੰਦਨ ਹੈ ਜੀ, BC ਵਿੰਗ ਤੋਂ ਮੈਂ ਜ਼ਿਲ੍ਹਾ ਸਕੱਤਰ ਹਾਂ ਜੀ। ਜੀ ਹਾਂਜੀ ਪ੍ਰਧਾਨ ਜੀ, ਜਿਵੇਂ ਜ਼ਿਲ੍ਹਾ ਸਕੱਤਰ ਸਾਹਿਬ ਨੇ ਦੱਸਿਆ ਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਲੋਕਾਂ ਨੂੰ ਡੋਰ ਟੂ ਡੋਰ ਮਿਲਣ ਦੀ, ਤੁਹਾਡਾ ਕੀ ਕਹਿਣਾ, ਜਿਵੇਂ ਲੋਕ ਕਿੱਦਾਂ ਮਿਲ ਰਹੇ ਨੇ ਅਤੇ ਕੀ? ਲੋਕਾਂ 'ਚ ਬਹੁਤ ਉਤਸ਼ਾਹ ਹੈ, ਜੋ ਕੰਮ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਨੇ। ਅੱਜ ਤੁਸੀਂ ਐਜ਼ ਏ ਪ੍ਰੈਸ ਰਿਪੋਰਟਰ ਤੁਹਾਨੂੰ ਪਤਾ ਹੈ, ਜੋ ਅੱਜ ਤੱਕ ਕਦੀ ਵੀ ਅੱਜ ਦੇ ਇਤਿਹਾਸ 'ਚ ਨਹੀਂ ਹੋਇਆ, ਪਹਿਲੇ 2 ਸਾਲਾਂ ਦੇ ਵਿੱਚ 42,000 ਪਲੱਸ ਜੋਬ, ਸ਼ਹਿਰ ਦਾ ਵਿਕਾਸ, ਪਿੰਡਾਂ ਦਾ ਵਿਕਾਸ, ਹਰ ਜਗ੍ਹਾ 'ਤੇ ਪੰਜਾਬ ਸਰਕਾਰ ਆਪਕੇ ਦੁਆਰ ਸਕੀਮ ਤਹਿਤ 44 ਕੰਮ ਘਰ ਬੈਠੇ ਬਿਠਾਏ ਲੋਕਾਂ ਦੇ ਹੋ ਰਹੇ ਨੇ। ਕਿਸਾਨ ਖੁਸ਼ ਹੈ, ਕਿਸਾਨ ਦੇ ਪਾਣੀ ਕਿਸਾਨਾਂ ਨੂੰ ਟੇਲ ਤੱਕ ਮਿਲਿਆ ਜਿਹੜਾ ਕਦੀ ਵੀ ਨਹੀਂ ਮਿਲਿਆ ਸੀ। ਬਿਜਲੀ ਜਿਹੜੀ ਹੈ, ਕਦੀ ਕਿਸਾਨ ਉਡੀਕਦੇ ਰਹਿੰਦੇ ਸੀ ਵੀ ਕਦੋਂ ਬਿਜਲੀ ਆਏਗੀ, ਪਰ ਇਸ ਵਾਰੀ ਲੋਕਾਂ ਨੂੰ ਮੋਟਰਾਂ ਬੰਦ ਕਰਨੀਆਂ ਪਈਆਂ, ਬਿਜਲੀ ਵਾਧੂ ਸੀ। ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਉਹ ਸਰਕਾਰ ਅੱਗੇ ਹੋ ਕੇ ਕਰ ਰਹੀ ਹੈ, ਅੱਜ ਤੱਕ ਨਹੀਂ ਹੋਇਆ ਜੋ ਪਿਛਲੇ 75 ਸਾਲ ਪਹਿਲਾਂ ਬੀਤੇ ਹੈ। ਆਹ 2 ਸਾਲਾਂ ਦੇ ਵਿੱਚ ਜਿੰਨੇ ਕੰਮ ਹੋਏ ਹੈ ਉਹਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਹੈ, ਔਰ ਅਸੀਂ ਅੱਜ ਉਹ ਜੋ ਸਰਕਾਰ ਵੱਲੋਂ ਕੀਤੇ ਕੰਮ ਨੇ ਉਹਦੇ ਤਹਿਤ ਉਹ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ, ਔਰ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਸਾਡੇ MLA ਸਾਹਿਬ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਨੇ, ਸੋ ਸਾਨੂੰ ਬਹੁਤ ਉਮੀਦ ਹੈ ਵੀ ਲੋਕ ਸਾਡੇ ਨਾਲ ਜਿੱਦਾਂ ਪਹਿਲਾਂ ਖੜ੍ਹੇ ਸੀ ਉੱਦਾਂ ਹੀ ਅੱਜ ਖੜ੍ਹੇ ਨੇ, ਔਰ ਬਹੁਤ ਵਧੀਆ ਰਿਸਪੋਂਸ। ਹਾਂਜੀ ਗਾਂਧੀ ਸਾਹਿਬ, ਤੁਹਾਡੇ ਵਾਰਡ 'ਚ ਡੋਰ ਟੂ ਡੋਰ ਕੀਤਾ ਆਗਾਜ਼ ਕੀਤਾ ਗਿਆ, ਲੋਕਾਂ ਨੂੰ ਮਿਲ ਰਹੇ ਹੋ, ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਅਤੇ ਕੀ ਮੰਗਾਂ ਨੇ? ਜੋ ਵੀ ਸਾਡੇ ਵਾਰਡ ਦੀਆਂ ਸਮੱਸਿਆਵਾਂ ਨੇ, ਅਤੇ ਨਾਲੀ ਹੈ, ਲਾਈਟ ਹੈ, ਮਾਲਕ ਮੇਰਾ ਪਹਿਲਾ ਵਾਰਡ ਹੈ ਜਿੱਥੇ ਇੱਕ ਵੀ ਲਾਈਟ ਤੁਹਾਨੂੰ ਜੋ ਵੀ ਮਿਲੇਗੀ, ਲਗਭਗ 30-35-40 ਫੁੱਟ 'ਤੇ ਤੁਹਾਨੂੰ ਲਾਈਟਾਂ, ਤੁਸੀਂ ਨਜ਼ਰ ਆਪ ਮਾਰੋ ਲਾਈਟ ਲੱਗੀ ਹੁੰਦੀ। ਸੜਕਾਂ ਮੇਰੇ ਸਵਾਰ ਦੀਆਂ ਸਾਰੀਆਂ ਪੱਕੀਆਂ ਹੋ ਗਈਆਂ ਨੇ,
ਫਿਰ ਵੀ ਕੋਈ ਵੀ ਕਿਸੇ ਜ਼ਰੂਰਤ ਨਹੀਂ ਮੇਰੇ ਵਾਰਡ ਵਾਸੀਆਂ ਵਾਸਤੇ 24 ਘੰਟੇ ਅਸੀਂ ਹਾਜ਼ਰ ਹੁੰਦੇ ਹਾਂ, ਸਾਡੇ ਪ੍ਰਧਾਨ ਜੀ ਹਾਜ਼ਰ ਨੇ, ਐੱਮਐਲ ਸਾਹਿਬ ਹਾਜ਼ਰ ਨੇ, ਅੱਜ ਸਾਡੇ ਸਪੈਸ਼ਲੀ ਜਨਰਲ ਸਾਹਿਬ ਆਏ ਨੇ, ਸਿਰਫ ਇਸ ਕਰਕੇ ਆਏ ਨੇ, ਕੋਈ ਕਮੀ ਪੇਸ਼ੀ ਹੈ ਤਾਂ ਆਪਾਂ ਰਹਿਣ ਨਹੀਂ ਦੇਣੀ। ਤੁਹਾਨੂੰ ਕੀ ਲੱਗਦਾ ਵੀ ਇਹ ਕੰਮਾਂ ਨਾਲ ਲੋਕ ਸਭਾ 'ਚ ਵੋਟਾਂ ਪਾਉਣਗੇ? ਲੋਕਾਂ ਨੂੰ ਕੀ ਚਾਹੀਦਾ, ਰੁਜ਼ਗਾਰ ਚਾਹੀਦਾ, ਸਰਕਾਰ ਦੇ ਰਹੀ ਹੈ, ਲੋਕਾਂ ਨੂੰ ਪਾਣੀ ਚਾਹੀਦਾ ਮਿਲ ਰਿਹਾ, ਜ਼ਿਮੀਂਦਾਰਾਂ ਨੂੰ ਕਿਸਾਨ ਰੇਟ ਚਾਹੀਦਾ ਉਹ ਮਿਲ ਰਿਹਾ, ਹੋਰ ਇਸ ਤੋਂ ਤਾਂ ਸਰਕਾਰ ਕੀ ਕਰ ਸਕਦੀ। ਥੈਂਕ ਯੂ ਸਰ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।